रूम ला गए, फ्रैश फ्रुश हो गया, पाउना पेट पूजा करके आप चले उपर मथा टेकन दरबार साहब। सतगुर की से लंगर छक लिया, लंगर छक के आप बाहर बाहर है ना नजारे, बाहर है ना सारा सामने खड़े हैं। कुदरती एसी है ना नजारे अर्जुन, कुदरती एसी, कुदरती एसी देखो नजारे। ये जी आवाज आती भी पानी की आवाज आती भी है, इस वे कोई दिखना नहीं है। गुड मॉर्निंग जी, राती सफर करके थक गए ही, सुते ही मजा आ गया सोन का। तो हूँ उठे हाँ, जो उठ के तो फ्रैश फ्रुश होने लगे हाँ, फ्रैश फ्रुश हो के दोबारा मत्था टेक के तो फिर आप अगे यात्रा करनी है। हूँ इस तो बाद साडा प्लान हैगा है मनाली जान का, तो आप भी घूमने नाल तुहानू भी घुमाने। मियाणी जा सॉरी मनाली, मनाली जा के तुहानू भी व्यू दिखाने रास्ते से। आयो महाराज बाहर आयो महाराज हडे अंदर बड़ी फलश हूं निकले बाहर आ गया सो गए अंदर जाके यात्रा तेन लगी अंदर यात्रा मेन इन घंट लगी अद्धा पौना घंटा मेन नजारा आ गया नहा धो गए फ्रैश हो गए होना अगे जाने लिये, अगे जाने लिये तैयारी है। उपर वीडियो ताड़ी बनी, फोन ही चलता पाया, फोन ही चलता पे है, फोन ही चलता पे। हूँ फोन सैट होया तो हूँ वीडियो कर लगे, हम आप तर लगे अगे, हूँ सामने मत्था टेक के लंगर छक के मत्था टेक के आप जाना है अगे मनाली। बस हरमाल बंदे सोहना लगता ना, वधिया लगता यार। भाजी आज भूख लगी, बाद जिसे बाद दोबारा फिर वापस आ जाओ, कोई चक्कर नहीं। की ये फिर गड्डी लानी बनी कोर करावट दुकान अपनी फिर पंजाबी मित्रा बंदूक तो आप लै ली होना, वो पैकिंग होकर घर आए नहीं, वो घर आए नहीं पैकिंग हो गए, तो पेमेंट आप करती है। नहीं नहीं मजाक करना पाया, उधर रेट पूछा ही। नहीं
ਮਹਿੰਗੀ ਬੜੀ ਦੱਸਦੇ ਆ। ਹੁਣ ਮੱਥਾ ਟੇਕਣਾ ਤੇ ਲੰਗਰ ਸਕੀ ਯਾਰ, ਤੇ ਫਿਰ ਕਰਦੇ ਗਾ ਮੱਬਾ। ਤੂੰ ਨਾ ਸਕੀ ਮੇਲ ਮਿਲਾਈ ਕੋ ਨਾਨਕ ਨਾਮ ਨਿਰੰਜਨ ਅਗਮ ਗੋਚਰ ਮੇਰੇ ਆਸਮਾਈ ਪਤਾ ਕੋਈ ਨਾ ਸਕੈ ਜਮ ਕਾਲ ਜਿਉ ਕਾਲ ਜਾਲ ਜਮ ਜੋ ਹੀ ਨਾ ਸਕੈ ਸਾਚੇ ਸ਼ਬਦ ਲਿਵਲਾਏ ਸਦਾ ਸਤਿਰਾਪਦਾ ਮਨ ਨਿਰਮਲ ਆਵਣ ਜਾਣ ਰਾਏ ਦੂਜੇ ਪਾਏ ਭਰਮ ਬੁੱਧੀ ਮਨ ਮੁਈ ਜਮਕਾਰ ਕਹਿ ਨਾਨਕ ਸੁਣ ਮਨ ਮੇਰੇ ਤੂੰ ਸਦਾ ਸਚ ਸੁਮਾਰ। ਹਾਂਜੀ ਚੱਲੇ ਵਾਪਸੀ ਲੰਗਰ ਹਾਲ ਦੀ ਹੁਣ ਅਸੀਂ ਜਾਵਾਂਗੇ ਮਨਾਲੀ ਨੂੰ। ਥੈਂਕ ਯੂ ਧੰਨਵਾਦ। ਚੱਲੀਏ ਹੁਣ ਪਹੁੰਚ ਗਏ ਆਪਣੀਆਂ ਮੋਟਰਸਾਈਕਲਾਂ ਕੋਲ ਅਤੇ ਹੁਣ ਗਾਂਹ ਦੀ ਤਿਆਰੀ ਕਰਦੇ ਹਾਂ। ਹਵਾ ਕਿਵੇਂ ਠੰਡੀ ਚੱਲਦੀ ਯਾਰ? ਹਵਾ ਹਵਾ ਬਹੁਤ ਚੇਂਜ ਚੱਲ ਰਹੀ ਬਾਈ, ਠੰਡੀ ਹਵਾ ਨਹੀਂ ਆ ਰਹੀ ਆ ਰਹੀ ਪੂਰੀ। ਦੇਖੋ ਕਿੱਦਾਂ ਹਵਾ ਬਾਹਰ ਉੱਡ ਰਹੀ ਹੈ, ਬਾਹਰ ਉੱਡ ਰਹੀ ਹੈ ਹਵਾ, ਚੈੱਕ ਕਰੋ ਹਵਾ। ਬਹੁਤ ਅੱਗਾਂ ਜਾਣਾ ਹੀ ਫੋਨ ਮੇਰੀ ਕਹਿ ਰਹੀ ਫੋਨ ਜਾ ਡਿੱਗ ਚੱਲਾਂ ਭਰਾ ਮਹਾ ਵਜਿਆ। ਲਓ ਜੀ ਮਨਾਲੀ ਨੂੰ ਜਾ ਰਹੇ ਹਾਂ। ਮਨਾਲੀ ਰਹਿ ਗਿਆ ਇੱਥੋਂ 32 ਕਿਲੋਮੀਟਰ ਦੂਰ। ਆਪਾਂ ਰੁਕੇ ਹਾਂ ਇੱਕ ਰਸਤੇ ਵਿੱਚ, ਇੱਕ ਰੈਸਟੋਰੈਂਟ ਹੈ ਉੱਥੇ ਰੁਕੇ ਹਾਂ। ਇੱਥੋਂ ਚਾਹ ਪੀਂਦੇ ਹਾਂ, ਚਾਹ ਪੀ ਕੇ ਤੇ ਫਿਰ ਚੱਲੇ ਆਪਾਂ ਅੱਗੇ, ਪਿੱਛੇ ਨਜ਼ਾਰਾ ਬਹੁਤ ਸੋਹਣਾ। ਜੂਸ ਕਿਹੜਾ ਕਿਹੜਾ ਆਪਣੇ? ਜੂਸ ਐਪਲ ਦਾ, ਪਲਮ ਦਾ ਤੇ ਕੀਵੀ ਦਾ। ਆਪਾਂ ਜੂਸ ਲੈ ਲਿਆ, ਇਹ ਬਣਦਾ ਇੱਥੇ ਹੋਣਾ ਕਿਤੇ, ਤਿੰਨ ਮਿਕਸ ਨਾਲ ਹੀ ਬਣਦਾ 4 ਕਿਲੋਮੀਟਰ ਦਾ ਬਾਈਸਨ ਫੈਕਟਰੀ। ਠੀਕ, ਜੂਸ ਲੈ ਲਿਆ ਆਪਾਂ, ਹੁਣ ਜੂਸ ਪੀਣ ਲੱਗੇ ਆ। ਆਲੂ ਆ ਪਹਿਲਾਂ ਇਹਨੂੰ ਭੋਗ ਲਵਾ, ਪਹਿਲਾਂ ਭੋਗ ਲਵਾ ਇਹਨੂੰ। ਪਾਪਾ ਜੀ ਮਿੱਟੀ ਮਿੱਟੀ ਦਾ ਪਾ, ਮਿੱਟੀ ਦਾ ਪਾ, ਉਹ ਤੇਰੀ ਮਿੱਟੀ ਦਾ ਪਾ ਗਣਾ ਇਕੱਲਾ ਗੱਲ ਕਰਕੇ ਮੈਂ ਕਰ ਆਇਆ। ਲਵੀ ਅਸੀਂ ਪਹੁੰਚ ਗਏ ਮਨਾਲੀ, ਹੁਣ ਜਸਟ ਜੇ ਪਹੁੰਚੇ ਹਾਂ ਅਤੇ ਰੂਮ ਲੈ ਲਿਆ। ਐਂਟਰੀ ਦੀ ਵੀਡੀਓ ਤਾਂ ਦਿਖਾਈ, ਇੱਥੇ ਨਾ ਬਾਰਿਸ਼ ਪੈਣ ਲੱਗ ਪਈ ਅਤੇ ਫੋਨ ਭੇਜਣਾ ਸੀ ਤਾਂ ਕਰਕੇ, ਅਤੇ ਅਸੀਂ ਪਹੁੰਚ ਗਏ ਹਾਂ ਮਨਾਲੀ, ਹੁਣੇ ਪਹੁੰਚੇ ਹਾਂ। ਬੋਲਦੇ ਭਾਈ ਕਿੰਨੇ ਦਾ ਮਿਲਿਆ ਰੂਮ? ਇਹ ਰੂਮ ਮਿਲਿਆ ਜੀ 1000 ਦਾ। 1000 ਦਾ ਜੀ। ਆ ਜੀ ਸਾਡਾ ਰੂਮ, ਸੋਹਣਾ ਰੂਮ, ਸੋਹਣਾ ਰੂਮ ਬਣਿਆ ਬਹੁਤ ਵਧੀਆ।
ਬਾਕੀ ਬਾਹਰ ਦਾ ਮਾਹੌਲ ਸਾਡੇ ਰੂਮ ਤੋਂ ਬਾਹਰ ਇਸ ਤਰ੍ਹਾਂ ਦਿਖਦਾ ਮਾਜੀ ਵਾਹ ਮੌਸਮ ਸੋਹਣਾ ਇਹ ਭਾਜੀ ਸਾਡੇ ਲੋਕਲ ਨੇ ਭਾਈ ਜਲਾਲਪੁਰ ਤੋਂ ਇਹ ਭਾਈ ਜਲਾਲਪੁਰ ਦਾ ਸਾਡੇ ਮੈਂ ਕਿਹਾ ਸਾਡੇ ਲੋਕਲ ਨੇ ਜਲਾਲਪੁਰ ਤੇ ਹੁਣ ਪਹਿਲਾਂ ਯਾਰ ਭੁੱਖ ਲੱਗੀ ਹੋਈ ਖਾਈ ਹੁਣ ਆਪਾਂ ਚੱਲੇ ਹਾਂ ਥੱਲੇ ਇਹ ਰੋਟੀ ਖਾ ਮਾਰ ਜੇ ਕਰਨਾ ਪੀਣਾ ਕਰਨਾ ਰੋਟੀ ਖਾ ਥੱਲੇ ਆ ਮਾਲ ਰੋਡ ਚੱਲੇ ਆ ਤੇ ਹੁਣ ਰੈਸਟੋਰੈਂਟ ਦਾ ਪਰ ਬੱਤੀਆਂ ਜਗਦੀਆਂ ਵੀ ਆ ਬੁਝਾ ਗਿਆ ਆਹ ਦਿਖਾ ਮਾੜਾ ਇਹ ਤੇ ਲਾਈਨਿੰਗ ਕਰ ਮਾੜੀ ਹਾਂ ਦੇਖੋ ਭਾਈ ਇਹ ਆਪਣਾ ਕੁਲਦੀਪ ਭਾਈ ਨੇ ਫਿੱਟ ਨਹੀਂ ਕੀਤਾ ਸਾਡੀਆਂ ਬਾਈਕ ਬਾਹਰ ਲੱਗੀਆਂ ਤੇ ਆਪਾਂ ਹੁਣ ਅੰਦਰ ਲਿਆਉਣ ਲੱਗੇ ਹਾਂ ਅਸੀਂ ਉਹ ਸਾਈਡ ਤੇ ਲਾਈ ਹੈ ਨਾ ਉਹ ਪਿੱਛੇ ਲਾਈ ਹੈ ਭਾਈ ਲੋਕਡਾਊਨ ਹੈ ਭਾਈ ਫੜ ਲਿਆ ਚਾਬੀ ਦੇਖੋ ਫਿਰ ਜਾਂ ਆਪਾਂ ਚਾਬੀ ਫੜ ਲਿਆ ਫਿਰ ਆਪਾਂ ਕਰੀਏ ਅੰਦਰ ਲੋਕਡਾਊਨ ਚੱਲਦਾ ਪਿਆ ਤੇ ਤਕਰੀਬਨ 5 ਵਜੇ ਤਕਰੀਬਨ ਸਾਰਾ ਕੁਝ ਬੰਦ ਹੋ ਜਾਂਦਾ ਹੈਗਾ ਜੀ ਮਾਲ ਰੋਡ ਹਨੇਰਾ ਪੈ ਗਿਆ ਦਿਨੇ ਵੀਡੀਓ ਪਤਾ ਨਹੀਂ ਬਣੀ ਹੈ ਨਾ ਫੋਨ ਖਰਾਬੀ ਕਰਦਾ ਪਿਆ ਫੋਨ ਚੱਲਦਾ ਨਹੀਂ ਪਿਆ ਹੁਣ ਫਿਰ ਚੱਲ ਪਿਆ ਫੋਨ ਤੇ ਹੁਣ ਦੁਬਾਰਾ ਉਹਨਾਂ ਨੂੰ ਲੱਭਣੇ ਪਏ ਆ ਤੇ ਉਹ ਆ ਨੇ ਉਹ ਜਵਾਨ ਆ ਘੁੰਮਦੇ ਪਏ ਅਗੇ ਤੁਹਾਨੂੰ ਲੱਭੀ ਜਾਂਦੇ ਆ ਤੁਸੀਂ ਜਵਾਨ ਆ ਘੁੰਮਦੇ ਪਏ ਸਾਰੇ ਤੁਸੀਂ ਹੈਲੋ ਆ ਗਿਆ ਆ ਮਹਾਰਾਜ ਰਾਜੀ ਹੈ ਮੁੰਡੇ ਦੇ ਯਾਰ ਜਿਹਾ ਕੋਣ ਪੂਰੀ ਨਹਾ ਗਿਆ ਨਹਾ ਗਿਆ ਗਰਮ ਪਾਣੀ ਨਾਲ ਰਿਤਿਕ ਭਾਜੀ ਨੇ ਆਕਾਸ਼ ਭਾਜੀ ਹਰਸ਼ਿਤ ਭਾਜੀ ਇਹ ਸਾਨੂੰ ਘੁੰਮਣ ਚ ਹੈਲਪ ਕਰਦੇ ਤੁਹਾਡੀ ਬਹੁਤ ਨਾਈਸ ਬੰਦੇ ਇਹਨਾਂ ਦਾ ਬਹੁਤ ਵਧੀਆ ਨੱਚ ਲੱਗਾ ਦੋ ਭਾਜੀ ਉਹਨਾਂ ਨੂੰ ਥੋੜਾ ਕੰਮ ਹੀ ਹੋ ਚਲੇ ਗਏ ਹੁਣ ਆਪਾਂ ਰਿਤਿਕ ਭਾਜੀ ਨਾਲ ਘੁੰਮਣੇ ਆ ਢਾਬੇ ਇੱਥੇ ਖਾਣੇ ਇੱਥੇ ਹੋਰ ਕਰਕੇ ਵਿਹਲੇ ਹੀ ਆ ਆਹ ਢਾਬੇ ਤੇ ਚੱਲੇ ਰੋਟੀ ਖਾਣ ਲੱਗੇ ਇੱਥੇ ਬਹਿ ਕੇ ਸਾਡਾ ਨਾ ਭਰਾ ਇੱਕ ਫੋਟੋਗ੍ਰਾਫਰ ਉਹਨੂੰ ਕਾਲ ਲਾਈ ਹੈ ਉਹ ਵੇਖ ਕੇ ਸਾਨੂੰ ਹਰਾ ਰਹਿ ਗਿਆ ਉਹ ਫੋਨ ਲਾਇਆ ਉਹਨੂੰ ਗੱਲ ਕਰਦਾ ਪਏ ਆ ਦੱਸੋ ਭਾਜੀ ਕੀ ਖਾਣਾ ਇੱਕ ਆਲੂ ਮਟਰ ਲੈ ਰੋਟੀ ਦਾ ਭਾ ਖਾ ਭੁੱਖ ਲੱਗੀ ਸਵਾਦ ਭਰਾ ਰਹਿ ਗਿਆ ਵੈਜੀਟੇਰੀਅਨ ਹੀ ਹੈ ਕੈਨੇਡਾ ਵੀਜ਼ਾ ਕਿੰਨੇ ਇੱਧਰ ਮਾਰ ਕੈਨੇਡਾ ਵੀਜ਼ਾ ਮਾੜਾ ਜਿਹਾ ਇਹਦੇ ਵੀ ਸ਼ੁਰੂ ਕਰਨਾ ਕੈਨੇਡਾ ਵੀਜ਼ਾ ਜੀ ਕੋਲਡ ਡਰਿੰਕ
ਬੱਲੇ ਕਦਾਂ ਗੋਡੇ ਗੋਡੇ ਬਰਫ ਪਈ ਹੋਇਆ ਇੰਨਾ ਡਿਫਿਕਲਟ ਚੱਕਰ ਹੁੰਦਾ।